ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ਿਆਂ ਨੂੰ ਲੈ ਕੇ ਪੰਜਾਬ ਪੁਲਿਸ ਵੱਲੋਂ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਸਰਹੱਦੀ ਇਲਾਕਿਆਂ 'ਚ ਤਲਾਸ਼ੀ ਅਭਿਆਨ ਚਲਾਇਆ ਗਿਆ। ਇਸ ਤਲਾਸ਼ੀ ਅਭਿਆਨ 'ਚ ਜੋ ਹਿਮਾਚਲ ਪ੍ਰਦੇਸ਼ 'ਚੋਂ ਆ ਰਹੀਆਂ ਗੱਡੀਆਂ ਪੰਜਾਬ ਵੱਲ ਨੂੰ ਅਤੇ ਜੋ ਪੰਜਾਬ 'ਚੋਂ ਹਿਮਾਚਲ ਪ੍ਰਦੇਸ਼ ਨੂੰ ਜਾ ਰਹੀਆਂ ਗੱਡੀਆਂ ਦੀ ਪੰਜਾਬ ਪੁਲਿਸ ਜ਼ਿਲ੍ਹਾ ਹੁਸ਼ਿਆਰਪੁਰ ਦਸੂਹਾ ਦੇ DSP ਹਰਕ੍ਰਿਸ਼ਨ ਸਿੰਘ ਅਤੇ ਹਿਮਾਚਲ ਪ੍ਰਦੇਸ਼ ਕਾਂਗੜਾ ਪੁਲਿਸ ਦੇ DSP ਅਨਿਲ ਕੁਮਾਰ ਨੇ ਸਾਂਝਾ ਆਪਰੇਸ਼ਨ ਚਲਾਇਆ। ਪੰਜਾਬ ਅਤੇ ਹਿਮਾਚਲ ਵਿੱਚ ਦਾਖਲ ਹੋਣ ਵਾਲੇ ਹਰ ਵਾਹਨ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ। ਇਸ ਸੰਬੰਧੀ ਮੀਡੀਆ ਨੂੰ ਜਾਣਕਾਰੀ ਦਿੰਦਿਆਂ DSP ਦਸੂਹਾ ਹਰਕ੍ਰਿਸ਼ਨ ਸਿੰਘ ਨੇ ਦੱਸਿਆ ਕਿ ਹਿਮਾਚਲ ਅਤੇ ਪੰਜਾਬ ਵਿੱਚ ਹੋ ਰਹੀ ਨਸ਼ਾ ਤਸਕਰੀ ਨੂੰ ਰੋਕਣ ਲਈ ਇਹ ਇੱਕ ਸਾਂਝਾ ਅਭਿਆਨ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਅਜਿਹੇ ਤਲਾਸ਼ੀ ਅਭਿਆਨ ਜਾਰੀ ਰਹਿਣਗੇ। ਲਾਈਵ ਪੰਜਾਬ ਨਿਊਜ਼ ਦੇ ਪੱਤਰਕਾਰ ਸੋਨੂ ਥਾਪਰ ਦੀ ਤਲਵਾੜਾ ਤੋਂ ਵਿਸ਼ੇਸ਼ ਰਿਪੋਰਟ। SP ਹੁਸ਼ਿਆਰਪੁਰ, ਉਹਨਾਂ ਦੇ ਦਿਸ਼ਾ ਨਿਰਦੇਸ਼ਾਂ 'ਤੇ ਅਸੀਂ ਅੱਜ ਇਹ ਇੰਟਰਸਟੇਟ ਨਾਕਾ ਸਾਡਾ ਸਾਡੇ ਨਾਲ ਹਿਮਾਚਲ ਪੁਲਿਸ ਦੇ DSP ਸਾਹਿਬ ਅਨੰਦ ਕੁਮਾਰ ਜੀ, SHO ਸਾਹਿਬਾਨ ਅਤੇ ਚੌਂਕੀ ਇੰਚਾਰਜ ਅਤੇ ਮੇਰੇ SHO ਸਾਹਿਬਾਨ, ਅਸੀਂ ਇੱਕ ਇੱਥੇ ਜੁਆਇੰਟਲੀ ਨਾਕਾ ਲਾਇਆ ਸੀ ਜੋ ਕਿ ਅਸੀਂ ਸਾਡਾ ਕੋਈ ਪਰਪਜ਼ ਸੀ ਕਿ ਅਸੀਂ ਕੋਈ ਨਸ਼ਿਆਂ ਨੂੰ ਠੱਲ ਪਾਉਣ ਲਈ ਜਿਹੜੀ ਆਪਣਾ ਮੁਹਿੰਮ ਬਿੰਨੀ ਗਈ ਆ ਉਹਦੇ ਆਧਾਰ 'ਤੇ ਅੱਜ ਸਾਡੀ ਜਿਹੜਾ ਆਪਣਾ ਪਾਰਟੀ ਵੱਲੋਂ ਸਾਂਝਾ ਤੌਰ 'ਤੇ ਨਾਕਾ ਲਾਇਆ ਹੋਇਆ ਅਤੇ ਇਸ ਤਰ੍ਹਾਂ ਹੀ ਸਾਡੇ ਜਿਹੜੇ ਅਭਿਆਨ ਦਾ ਚੱਲਦੇ ਰਹਿਣਗੇ ਅਤੇ ਤਾਂ ਜੋ ਜਿਹੜਾ ਆਪਣਾ ਪੰਜਾਬ ਤੋਂ ਹਿਮਾਚਲ ਤੋਂ ਪੰਜਾਬ ਜਾਂ ਹਿਮਾਚਲ ਤੋਂ ਪੰਜਾਬ ਵਿੱਚ ਕੋਈ ਨਸ਼ਿਆਂ ਦੀ ਸਪਲਾਈ ਨਾ ਹੋ ਸਕੇ ਅਤੇ ਨਸ਼ਿਆਂ ਨੂੰ ਠੱਲ ਪਾਈ ਜਾ ਸਕੇ। ਸਰ, ਹੁਣ ਤੱਕ ਕਿੰਨੇ ਕੁ ਪਰਚੇ ਦਰਜ ਕੀਤੇ ਜਾ ਚੁੱਕੇ ਨੇ? ਇਹਦੇ ਸੰਬੰਧ ਵਿੱਚ ਆਪਣਾ ਲਾਸਟ ਈਅਰ ਆਪਣੇ ਮੇਰੇ SHO ਤਲਵਾੜਾ ਨੇ ਵੀ 3 ਪਰਚੇ ਦਰਜ ਕੀਤੇ ਆ ਅਤੇ SHO ਦਸੂਹਾ ਨੇ ਵੀ ਪਰਚੇ ਦਰਜ ਕੀਤੇ ਹਨ ਅਤੇ ਹੁਣ ਸਾਡਾ ਜਿਹੜਾ ਆਪਣਾ ਹਿਮਾਚਲ ਪੁਲਿਸ ਨਾਲ ਪੂਰਾ ਕੋਆਰਡੀਨੇਸ਼ਨ ਹੈ ਅਤੇ ਮੇਰੇ ਨਾਲ DSP ਅਨਿਲ ਕੁਮਾਰ ਜੀ ਨੇ ਆਏ ਹੋਏ ਨੇ, ਅਸੀਂ ਜਿਹੜਾ ਸਾਂਝਾ ਆਪਰੇਸ਼ਨ ਕੀਤਾ ਜੇ ਆਇੰਦਾ ਵੀ ਅਸੀਂ ਜਿਹੜਾ ਇਸ ਤਰ੍ਹਾਂ ਸਾਂਝੇ ਜਿਹੜੇ ਨਾਕੇ ਲਾਉਂਦੇ ਰਹਾਂਗੇ ਅਤੇ ਆਪਰੇਸ਼ਨ ਕਰਦੇ ਰਹਾਂਗੇ। ਹਮਾਰੇ ਪੁਲਿਸ ਸਟੇਸ਼ਨ ਕੇ ਅੰਡਰ ਜੋ ਹੈ 15 ਕੇ ਕਰੀਬ ਜੋ NDPS ਕੇ ਪਰਚੇ ਦਰਜ ਹੋ ਚੁੱਕੇ ਹੈ ਔਰ ਹਮ ਭਵਿਸ਼ਯ ਮੇਂ ਵੀ ਕੜੀ ਸੇ ਕੜੀ ਕਾਰਵਾਈ ਅਮਲ ਮੇਂ ਲਾਤੇ ਰਹੇਂਗੇ। ਕਿਆ ਲਗਤਾ ਹੈ ਕਿ ਦੋਨੋਂ ਸਟੇਟੋਂ ਮੇਂ ਨਸ਼ੇ ਕੀ ਤਸਕਰੀ ਜ਼ਿਆਦਾ ਹੋ ਰਹੀ ਹੈ ਜਿਸਕੋ ਲੇਕਰ ਜੇ ਆਜ ਖਾਸ ਅਭਿਆਨ ਚਲਾਇਆ ਗਿਆ? ਇਸਮੇਂ ਹਮ ਦੋਨੋਂ ਡਿਸਟ੍ਰਿਕਟ ਜੋ ਹੈ DSP ਸਾਹਿਬ ਵੀ ਹੈ ਸਰ, ਤੋ ਹਮ ਸਾਂਝਾ ਜੋ ਇੱਕ ਅਭਿਆਨ ਚਲਾ ਰਹੇ ਹੈ ਤਾਂ ਕਿ ਨੈਕਸਟ ਉਸਮੇਂ ਜੋ ਹੈ ਹਮ ਇਸ ਪਰ ਕੜੀ ਸੇ ਕੜੀ ਕਾਰਵਾਈ ਕਰ ਸਕੇਂ।